ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਇਆ ਜੀ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨੇ ਦਿੱਲੀ ਬੈਠਿਆਂ ਕੈਨੇਡਾ ਚ ਲਗਾਤਾ ਇਹ ਜੁਗਾੜ ਵੱਡੇ ਵੱਡੇ ਰਹਿ ਗਏ ਦੇਖਦੇ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਇਸ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਅੱਜ ਦਾ ਦੌਰ ਤਕਨੀਕੀ ਯੁੱਗ ਦੇ ਵਿੱਚ ਬਦਲ ਚੁੱਕਾ ਹੈ ਤੇ ਇਸ ਯੁੱਗ ਦੇ ਦੌਰਾਨ ਹੀ ਜੰਗ ਨੂੰ ਜਿੱਤਣ ਵਾਸਤੇ ਨਵੀਂ ਟੈਕਨੋਲੋਜੀ ਦੀ ਜ਼ਰੂਰਤ ਪੈਂਦੀ ਹੈ ਤੇ ਜਿਹੜੇ ਇਨਸਾਨ ਇਸ ਟੈਕਨੋਲੋਜੀ ਦੇ ਨਾਲ ਹੀ ਨਹੀਂ ਜੁੜੇ ਹੁੰਦੇ ਉਹ ਇਸ ਅਜੋਕੇ ਸਮੇਂ ਦੇ ਵਿੱਚ ਕਾਫੀ ਪਛੜ ਜਾਂਦੇ ਹਨ ਤੇ ਮੌਜੂਦਾ ਸਮੇਂ ਦੇ ਵਿੱਚ ਦੇਸ਼ ਅੰਦਰ ਖੇਤੀ ਅੰਦੋਲਨ ਚੱਲ ਰਿਹਾ ਹੈ ਤੇ ਇਸ ਅੰਦੋਲਨ ਨੂੰ ਅਜੋਕੇ ਯੁੱਗ ਵਿੱਚ ਬਣਾਈ ਰੱਖਣ ਵਾਸਤੇ ਤਕਨੀਕੀ ਉਪਕਰਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਇਸ ਦੇ ਸਬੰਧੀ ਇੱਕ ਆਈਟੀ ਸੈੱਲ ਦੇ ਸਰਵਰ ਨੂੰ ਕੈਨੇਡਾ ਦੇ ਵਿੱਚ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਇਸ ਧਾਰਨੇ ਨਾਲ ਸੰਬੰਧਿਤ ਸਿਰਫ ਸੂਚਜੀਆਂ ਖਬਰਾਂ ਨੂੰ ਹੀ ਅੱਗੇ ਲਿਆਇਆ ਜਾ ਸਕੇ ਤੇ ਇਸ ਸਮੇਂ ਦੇ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ افਵਾਹ ਨੂੰ ਰੋਕਣਾ ਤੇ ਉਹਦੀ ਸਚਾਈ ਜਾਹਰ ਕਰਨ ਦਾ ਕੰਮ ਹੁਣ ਆਈਟੀ ਕਿੱਤੇ ਦੇ ਮਾਹਿਰ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮ ਉੱਪਰ ਕਿਸਾਨ ਇਕਤਾ ਮੋਰਚਾ ਦੇ ਨਾਮ ਦਾ ਅਕਾਊਂਟ ਬਣਾਇਆ ਗਿਆ ਹੈ ਜਿਸ ਦੇ ਨਾਲ 1 ਮਹੀਨੇ ਦੇ ਅੰਦਰ 1 ਕਰੋੜ ਤੋਂ ਵੱਧ ਲੋਕ ਜੁੜ ਚੁੱਕੇ ਹਨ ਤੇ ਇਹ ਆਈਟੀ ਸੈੱਲ ਕੁੰਡਲੀ ਬਾਰਡਰ ਵਿਖੇ ਸਥਾਪਿਤ ਸਤ ਹੈ ਜਿਸ ਦਾ ਵਿਚਾਰ ਗੁਰਦਾਸਪੁਰ ਦੇ ਮਾਝਾ ਦੇ ਕਿਸਾਨ ਸੰਘਰਸ਼ ਕਮੇਟੀ ਦੇ ਉਪ ਪ੍ਰਧਾਨ ਬਲਜੀਤ ਸਿੰਘ ਦੇ ਦਿਮਾਗ ਵਿੱਚ ਆਇਆ ਸੀ ਤੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਬਲਜੀਤ ਸਿੰਘ ਨੇ ਆਖਿਆ ਹੈ ਕਿ 13 14 ਨਵੰਬਰ ਦੀ ਰਾਤ ਨੂੰ ਉਹਨਾਂ ਨੂੰ ਇੱਕ ਵੀਡੀਓ ਮਿਲਿਆ ਸੀ ਜਿਸ ਵਿੱਚ ਇਹ ਸੰਦੋਲਨ ਨੂੰ ਖਾਲਿਸਤਾਨ ਨਾਲ ਜੋੜਿਆ ਜਾ ਰਿਹਾ ਸੀ ਤੇ ਇਸ ਵੀਡੀਓ ਵਿੱਚ ਇੰਗਲੈਂਡ ਦੀ ਇੱਕ ਰੈਲੀ ਦੀ ਵੀਡੀਓ ਨੂੰ ਪੰਜਾਬ ਦੀ ਰੈਲੀ ਨਾਲ ਜੋੜ ਕੇ ਬਖਾਉਂਦੇ ਹੋਏ ਇੱਕ ਭਰਮ ਭੁਲੇਖੇ ਨੂੰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਦੂਰ ਕਰਨ ਵਾਸਤੇ ਉਨ੍ਹਾਂ ਨੇ ਇਸ ਆਈਟੀ ਸੈੱਲ ਦੀ ਸ਼ੁਰੂਆਤ ਕੀਤੀ ਹੈ ਜਿਸ ਵਿੱਚ ਹੁਣ 10 ਪ੍ਰੋਫੈਸ਼ਨਲ ਵਿਅਕਤੀ ਕੰਮ ਕਰ ਰਹੇ ਹਨ ਤੇ ਜਿਸ ਉੱਪਰ ਹੁਣ ਤੱਕ 30 ਲੱਖ ਤੋਂ ਵੱਧ ਦਾ ਖਰਚਾ ਕੀਤਾ ਜਾ ਚੁੱਕਾ ਹੈ ਕਿਉਂਕਿ ਸਰਕਾਰ ਨੇ ਟੈਕਸ ਮੈਸੇਜ ਅਤੇ ਵੌਇਸ ਕਾਲ ਦੇ ذریعے ਜਿਸ ਵਿੱਚ ਆਖਿਆ ਜਾ ਰਿਹਾ ਹੈ ਕਿ ਮੈਂ ਇੱਕ ਕਿਸਾਨ ਹਾਂ ਤੇ ਇਹ ਕਾਨੂੰਨ ਚੰਗੇ ਹਨ ਇਸ ਨੂੰ ਸਪੋਰਟ ਕਰੋ ਆਦ ਨੂੰ ਕਾਊਂਟ ਕਾਊਂਟਰ ਕਰਨ ਦੇ ਲਈ ਸਾਨੂੰ 1 ਕਰੋੜ ਮੈਸੇਜ ਅਤੇ 10 ਲੱਖ ਕਾਲਸ ਦਾ ਪੈਕੇਜ ਲੈਣਾ ਪਿਆ ਹੈ ਤੇ ਪਿੱਛੋਂ ਜਹਿ ਕੀਤੇ ਜਾ ਰਹੇ ਇੱਕ ਬੈਨਰ ਲਈ ਲਗਭਗ 573000 ਦੀ ਕੀਮਤ ਅਦਾ ਕਰਨੀ ਪਈ ਸੀ ਸਰਕਾਰ ਸਾਡੇ ਇਸ ਪ੍ਰੋਗਰਾਮ ਨੂੰ ਬੰਦ ਕਰਵਾਉਣ ਲਈ ਕਈ ਕੋਸ਼ਿਸ਼ਾਂ ਕਰੀ ਹੈ 26 ਜਨਵਰੀ ਮੌਕੇ ਵੀ ਕੀਤੀ ਜਾਣ ਵਾਲੀ ਪ੍ਰੀਡ ਵਿੱਚ ਸ਼ਾਮਲ ਹੋਣ ਵਾਲੇ ਟਰੈਕਟਰਾਂ ਨੂੰ ਜੀਪੀਐਸ ਦੇ ਨਾਲ ਕਨੈਕਟ ਕੀਤਾ ਗਿਆ ਹੈ ਤੇ ਇਹਨਾਂ ਉੱਪਰ ਨਿਗਰਾਨੀ ਰੱਖਣ ਦੇ ਲਈ 10000 ਵਲੰਟੀਅਰ ਭਰਤੀ ਕੀਤੇ ਜਾ ਰਹੇ ਹਨ